बरनाला पुलिस की तरफ से ठीकरीवाल रोड पर की गई नाकेबंदी के दौरान एक मोटरसाइकिल चोरी करने वाले गिरोह के दो सदस्यों को काबू किया है। पुलिस अधिकारियों ने बताया कि उप मुलाजिम पेशे से मोटरसाइकिल मैकेनिक है। निजी भेज दे की करते सी फिर इनका चोरी बस बट के दुकान दे बेच रखे बैठे जी करे से भी पैसे बट लांगे जी बट के कितु कोआड़ दे भेज इत्थे बरनाले शहर च जी किवें चक दे किवें सी तुसी किवें तरीका कीता जी तुहाडा इह कोई नहीं जी तरीका लॉ खुले उम्मीद वाले किन्ने मोटरसाइकिल सत्त है जी मेरे ख्याल में पहला भी नहीं जी नहीं पहला कोई नहीं पहला ही पर्चा दर्ज नहीं जी नहीं कोई नहीं की काम करता की मोटरसाइकिल में करते हैं कितने कितने करता अठौर जी पढ़े लिखे नहीं जी मैं चार ही पढ़िया हाँ नाल किन्ने आने तेरे नाल काम च आह मुंडे जी बस ये की करता जी नाल तेरे ਇਹ ਵੀ ਨਾਲ ਜੇ ਚੱਕਦਾ ਹੁੰਦਾ ਸੀਗਾ ਜੀ ਇਕੱਲੇ ਬਰਨਾਲੇ ਦੀ ਚੱਕਦੇ ਨੇ ਜਾਂ ਹੋਰ ਸਾਰਾ ਨਹੀਂ ਇਕੱਲੇ ਬਰਨਾਲੇ ਜੀ ਇੱਥੇ ਇਕੱਲਾ ਆਹ ਸਰਕਾਰੀ ਹਸਪਤਾਲ ਦੇ ਕੋਲ ਹੋਰ ਨਹੀਂ ਪਤਾ ਜੀ ਬੋਲਟ ਕਿ ਤੁਸੀਂ ਅੱਜ ਪਛਤਾਵਾ ਤੁਹਾਨੂੰ ਜਿਹੜਾ ਬਹੁਤ ਗਲਤੀ ਹੈ ਜੀ ਤਾਂ ਮਾਫ ਗਲਤੀ ਹੋ ਗਈ ਬੋਲਟ ਕਿੱਥੇ ਕਿ ਨਾਮ ਤੁਸੀਂ ਇਹ ਇਧਰ ਆਹ ਤਸਗੀੜੇ ਨੂੰ ਕਿਹੜਾ ਰਾਹ ਜਾਂਦਾ ਗੜੀ ਠੀਕਰੀ ਵਾਲ ਨੂੰ ਜਾਂਦਾ ਹਸਪੀਟਲ ਦੇ ਵਿੱਚ ਉਹ ਕਰਿਆ ਜੀ ਤੁਸੀਂ ਚੋਰੀਆਂ ਦਿਨੇ ਕਰਦੇ ਰਾਤ ਨੂੰ ਦਿਨੇ ਜੀ और शहर के अलग अलग स्थानों से मोटरसाइकिल चोरी करते थे फिर इन चोरी के मोटरसाइकिल का सामान निकाल के अपनी दुकानों पर बेचते थे। इन मुलाजिमों के पास से 7 मोटरसाइकिल बरामद किए हैं जो बरनाला शहर में से ही चोरी किए थे। उन्होंने बताया कि मुलाजिमों के खिलाफ बनती धाराओं के अंतर्गत मामला दर्ज करके कार्यवाही अमल में लाई जा रही है। साडे सिटी SHO गुरबीर सिंह उन्होंने फड़े ने 2 बंदे ने संदीप सिंह काला वासी लखा ते दविंदर सिंह जिम्मी ਛੀਨੀਵਾਲ ਦਾ ਇਹ ਇਹਨਾਂ ਕੋਲੋਂ ਅਸੀਂ 7 ਮੋਟਰਸਾਈਕਲ ਜਿਨ੍ਹਾਂ 'ਚੋਂ 2-3 ਮੋਟਰਸਾਈਕਲਾਂ ਦੇ ਪਾਰਟ ਉਹ ਖੋਲ੍ਹੇ ਹੋਏ ਆ ਇਹਨਾਂ ਨੇ ਜਾਂ ਕੁਛ ਕੱਟੇ ਹੋਏ ਨੇ ਉਹ ਬਰਾਮਦ ਕੀਤੇ ਆ ਅਤੇ ਬੁਲਟ ਮੋਟਰਸਾਈਕਲ ਬਰਾਮਦ ਕੀਤਾ ਇੱਕ ਪਲਾਟੀਨਾ ਨੇ ਅਤੇ ਅਲੱਗ ਅਲੱਗ ਮਾਰਕਿਆਂ ਦੇ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਕੀਤੇ ਨਹੀਂ ਪਹਿਲਾਂ ਇਹਨਾਂ ਦਾ ਰਿਕਾਰਡ ਹਲੇ ਚੈੱਕ ਕਰਾਉਣਾ ਇੱਕ ਤਾਂ ਬੰਦਾ ਹਠੂ ਥਾਣੇ ਦਾ ਦੂਸਰੇ ਜ਼ਿਲ੍ਹੇ ਦਾ ਉਹ ਚੈੱਕ ਕਰਾ ਰਹੇ ਹਾਂ ਵੈਸੇ ਇੱਥੇ ਵਾਲਾ ਜਿਹੜਾ ਛੀਨੀਵਾਲ ਵਾਲਾ ਦਵਿੰਦਰ ਸਿੰਘ ਇਹਦੇ 'ਤੇ ਪਹਿਲਾਂ ਕੋਈ ਪਰਚਾ ਨਹੀਂ ਦਰਜ ਹੈ ਇਹ ਬੰਦਾ ਜਿਹੜਾ ਸੰਦੀਪ ਸਿੰਘ ਆ ਇਹ ਮੋਟਰਸਾਈਕਲਾਂ ਦਾ ਹੀ ਕੰਮ ਕਰਦਾ ਇਹ ਖੋਲ੍ਹ ਕੇ ਪਾਰਟ ਇਹਨਾਂ ਦੇ ਦੂਸਰਿਆਂ ਨੂੰ ਮਤਲਬ ਮੋਟਰਸਾਈਕਲਾਂ ਦੇ ਲਾ ਕੇ ਵੇਚ ਦਿੰਦਾ ਸੀ ਇਹ ਵੱਖ ਵੱਖ ਜਗ੍ਹਾ ਤੋਂ ਬਰਨਾਲੇ ਜਿੱਦਾਂ ਹੋਸਪਿਟਲ ਤੋਂ ਹੋ ਗਿਆ ਕੋਈ ਬੱਸ ਸਟੈਂਡ ਦੇ ਲਾਗੇ ਹੋ ਗਿਆ ਅਲੱਗ ਅਲੱਗ ਜਗ੍ਹਾ ਤੋਂ ਚੋਰੀ ਹੋਏ ਨੇ ਆਪਣੇ ਬਰਨਾਲੇ ਤੋਂ ਚੋਰੀ ਹੋਏ ਸਾਰੇ ਹੁਣ ਇਹਨਾਂ 'ਤੇ ਅਸੀਂ ਪਰਚਾ ਦਰਜ ਕਰਕੇ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਹੋਰ ਪੁੱਛਗਿੱਛ ਕਰਨ ਵਾਸਤੇ ਇਹਨਾਂ ਦਾ ਰਿਮਾਂਡ ਲਿਆ ਗਿਆ ਕੰਚਨ ਟੀਵੀ ਕੇ ਲਈ ਬਰਨਾਲਾ ਸੇ ਪ੍ਰਦੀਪ ਕੁਮਾਰ ਕੀ ਰਿਪੋਰਟ